ਅਸਲਾਮ ਵਾਲੇਕਮ ਦੋਸਤੋ, ਤੁਸੀਂ ਕਹਿੰਦੇ ਪਏ ਮੇਰਾ ਯੂਟਿਊਬ ਚੈਨਲ ਪੇਂਡੂ ਵਲੌਗ 502 ਤੇ ਅੱਜ ਦਾ ਵਲੌਗ ਕਰਨਾ ਸਟਾਰਟ। ਤੇ ਅੱਜ ਅਸੀਂ ਜਿਹੜੇ ਆ ਨਾ ਆਪਣੇ ਪਿੰਡ ਦੇ ਵਿੱਚ ਜਿਹੜਾ ਲੜਕੀਆਂ ਦਾ ਸਕੂਲ ਹੈ ਉਹਦੇ ਵਿੱਚ ਦਾਖਲ ਹੋ ਸੇ, ਇੱਥੇ ਅੱਜ ਪੜ੍ਹਨਾ ਹੈ ਤੇ ਤੁਹਾਨੂੰ ਫੁੱਲ ਵਲੌਗ ਵਿਖਾਉਣਾ ਹੈ, ਸਕੂਲ ਦਾ ਵੀ ਅੰਦਰ ਵੜ ਕੇ। ਜਨਾਬ ਸਕੂਲ ਦੇ ਵਿੱਚ ਦਾਖਲ ਹੋ ਗਏ, ਫੁੱਲ ਬੂਟੀਆਂ ਚੈੱਕ ਕਰੋ, ਸਕੂਲ ਦਾ ਮਾਹੌਲ ਚੈੱਕ ਕਰੋ। ਤੁਹਾਨੂੰ ਮੈਂ ਕਮਰਿਆਂ ਦਾ ਮਾਹੌਲ ਵਿਖਾਵਾਂ, ਆਓ ਮੇਰੇ ਨਾਲ, ਤੁਹਾਨੂੰ ਕਮਰਿਆਂ ਦਾ ਵਲੌਗ ਵਿਖਾਵਾਂ। ਜੀ ਪਹਿਲਾ ਜਿਹੜਾ ਕਮਰਾ ਬੰਦ ਹੈ, ਦੂਸਰਾ ਵੀ ਬੰਦ ਹੈ, ਤੀਸਰਾ ਵੀ ਬੰਦ ਹੈ, ਚੌਥਾ ਖੁੱਲ੍ਹਾ ਹੈ, ਪੰਜਵਾਂ ਵੀ ਬੰਦ ਹੈ, ਖੁੱਲ੍ਹਾ ਹੈ, ਅਤੇ ਇੱਧੇ ਵੀ ਕੁਝ ਜਾਣ ਬੰਦ ਵੀ ਬੰਦ ਹੈ, ਆਹ ਇੱਧੇ ਖੁੱਲ੍ਹਾ ਹੈ। ਔਰ ਪੂਰੇ ਕਮਰਿਆਂ 'ਚੋਂ ਤਕਰੀਬਨ 8 ਕਮਰਿਆਂ ਦੇ ਵਿੱਚੋਂ 2 ਕਮਰੇ ਖੁੱਲ੍ਹੇ ਹਨ ਬਸ। ਇਹ ਬਲੈਕ ਬੋਰਡ ਚੈੱਕ ਕਰੋ, ਇਹ ਕੁਰਸੀ ਹੈ, ਇਹ ਜਨਾਬ ਇੱਧੇ ਵੀ ਹਨ ਕਮਰੇ, ਇੱਧੇ ਆ, ਬਾਹਰੋਂ ਵੀ ਤਾਲਾ ਹੈ, ਗ੍ਰਿਲ ਲੱਗੀ ਹੈ, ਅੰਦਰ ਕਮਰੇ ਆਣ ਇੱਥੇ ਤੁਹਾਨੂੰ ਵੀ ਕਹਿੰਦੇ ਹਾਂ। ਇਹ ਜਨਾਬ ਪਹਿਲਾ ਕਮਰਾ ਬੰਦ ਹੈ, ਉਹ ਦੂਸਰਾ ਵੀ ਬੰਦ ਹੈ, ਉਹ ਸਾਰੇ ਬੰਦ ਨੇ, ਤੋੜੋ ਤੋੜ ਚੈੱਕ ਕਰੋ। ਤੁਹਾਨੂੰ ਇੱਧੇ ਹੁਣ 4 ਫੇਰੇ ਵਿਖਾਵੀਏ ਮਾਹੌਲ ਉਹ ਸਕੂਲ ਦਾ, 4 ਫੇਰ ਚੈੱਕ ਕਰੋ। ਇਹ ਜਨਾਬ ਪੰਪ ਲੱਗਾ ਹੈ, ਚੈੱਕ ਕਰੋ, ਤਕਰੀਬਨ 2 ਪੰਪ ਲੱਗੇ ਨੇ, ਦੂਸਰਾ ਉਹ ਲੱਗਾ ਹੈ, ਉੱਥੇ ਟੈਂਕੀ ਵੀ ਦਰੀਤੀ ਹੈ, ਚੈੱਕ ਕਰੋ ਬੂਟੀਆਂ। ਇਹ ਜੀ ਵਾਸ਼ਰੂਮਾਂ ਨੇ, ਇਹ ਇੱਕ ਪੰਪ ਲੱਗਾ ਹੈ, ਇੱਕ ਅੱਗੇ ਤੁਹਾਨੂੰ ਵਿਖਾਇਆ ਹੈ, ਇਹ ਵਾਸ਼ਰੂਮਾਂ ਚੈੱਕ ਕਰੋ। ਜਨਾਬ ਨਲਕਾ ਹੈ, ਚੈੱਕ ਕਰੋ ਬੂਟੀਆਂ। ਇਹ ਜਨਾਬ ਮੇਰੇ ਦੋਸਤ ਬੈਠੇ ਨੇ ਇੱਥੇ, ਹੁਣ ਅਸੀਂ ਪੜੂ ਸੇ। ਮੈਂ ਗਿਆ ਗਰਮੀਆਂ ਦੇ ਵਿੱਚ ਡਾਕਟਰ ਕੋਲ, ਅਤੇ ਮੈਂ ਉਹਨੂੰ ਆਖਿਆ ਯਾਰ ਮੇਰੀ ਤਬੀਅਤ ਜਿਹੜੀ ਹੈ ਨਾ ਬੜੀ ਖਰਾਬ ਹੈ, ਮੈਨੂੰ ਗਰਮੀ ਲੱਗਦੀ ਹੈ, ਅਤੇ ਉਸ ਮੈਨੂੰ ਦਵਾਈ ਦੀ ਥਾਰ 'ਤੇ ਨਾ 2 ਸਵੈਟਰ ਲਿਖ ਦਿੱਤੇ ਨੇ। ਮੈਂ ਗਿਆ ਗਰਮੀਆਂ ਦੇ ਵਿੱਚ ਡਾਕਟਰ ਕੋਲ, ਅਤੇ ਮੈਂ ਉਹਨੂੰ ਆਖਿਆ ਯਾਰ ਮੇਰੀ ਤਬੀਅਤ ਜਿਹੜੀ ਹੈ ਨਾ ਬੜੀ ਖਰਾਬ ਹੈ, ਮੈਨੂੰ ਗਰਮੀ ਲੱਗਦੀ ਹੈ, ਅਤੇ ਉਸ ਮੈਨੂੰ ਦਵਾਈ ਦੀ ਥਾਰ 'ਤੇ ਨਾ 2 ਸਵੈਟਰ ਲਿਖ ਦਿੱਤੇ ਨੇ। ਹੁਣ ਅਸੀਂ ਜਨਾਬ ਕੁਝ ਫਨੀ ਵੀਡੀਓ ਬਣਾ ਸੇ, ਤੁਹਾਨੂੰ ਵੀ ਵਲੌਗ ਦੇ ਦੇਣੀਆਂ ਨੇ, ਅਗਰ ਸਾਡਾ ਵਲੌਗ ਅੱਛਾ ਲੱਗੇ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਨਾ ਹੈ, ਅਤੇ ਅੱਜ ਦਾ ਵਲੌਗ ਇੱਥੇ ਐਂਡ ਕਰਨਾ, ਅਗਰ ਸਾਡਾ ਵਲੌਗ ਅੱਛਾ ਲੱਗੇ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰੋ। ਖੁਦਾ ਹਾਫਿਜ਼, ਮਿਲਣੇ ਅਗਲੇ ਵਲੌਗ ਦੇ ਵਿੱਚ।